ਜੈਤੋ ਨਗਰ ਕੌਂਸਲ ਚੋਣਾਂ ਦੌਰਾਨ ਡਾਕਟਰ ਹਰੀਸ਼ ਚੰਦਰ ਵੱਲੋਂ ਨਗਰ ਕੌਂਸਲ ਜੈਤੋ ਦੇ ਵਾਈਸ ਪ੍ਰਧਾਨ ਪ੍ਰਦੀਪ ਸਿੰਗਲਾ ਅਤੇ ਕੌਂਸਲ ਚੋਣ ਜ਼ਾਬਤਾ ਲੱਗੇ ਹੋਣ 'ਤੇ ਧਾਰਮਿਕ ਸਥਾਨ 'ਤੇ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਨੂੰ ਸਹੀ ਪਾਉਣ ਤੋਂ ਬਾਅਦ ਅੱਜ SDM ਫਰੀਦਕੋਟ ਨੇ ਇਸ ਸੰਬੰਧੀ ਕਾਨੂੰਨੀ ਕਾਰਵਾਈ ਕਰਨ ਲਈ SSP ਨੂੰ ਲਿਖ ਦਿੱਤਾ। ਜ਼ਿਕਰਯੋਗ ਹੈ ਕਿ ਚੋਣਾਂ ਸਮੇਂ ਡਾਕਟਰ ਹਰੀਸ਼ ਚੰਦਰ ਸ਼ਹਿਰ ਦੇ ਵਾਰਡ ਨੰਬਰ 14 ਤੋਂ ਉਮੀਦਵਾਰ ਸੀ ਅਤੇ ਇਸੇ ਵਾਰਡ ਵਿੱਚੋਂ ਭਾਜਪਾ ਆਗੂ ਪ੍ਰਦੀਪ ਸਿੰਗਲਾ ਵੀ ਵਾਰਡ ਵਿੱਚ ਉਮੀਦਵਾਰ ਸੀ। ਇਹਦੀ ਜਿਹੜੀ ਸ਼ਿਕਾਇਤ ਸੀਗੀ ਉਹ ਡਾਕਟਰ ਹਰੀਸ਼ ਚੰਦਰ ਵਾਸੀ ਜੈਤੋ ਵੱਲੋਂ ਕੀਤੀ ਗਈ ਸੀਗੀ, ਜਿਸ ਦੀ ਪੜਤਾਲ DDPO ਫਰੀਦਕੋਟ ਵੱਲੋਂ ਕੀਤੀ ਗਈ ਹੈ। ਉਹ ਪੜਤਾਲ ਨੂੰ ਵਾਚਣ ਉਪਰੰਤ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਲਿਖਤੀ ਨਿਰਦੇਸ਼ ਜਾਰੀ ਕੀਤੇ ਗਏ ਕਿ ਪੁਲਿਸ ਮੁਖੀ SSP ਫਰੀਦਕੋਟ ਵੱਲੋਂ ਕਰਵਾਈ ਜਾਵੇ। ਮੇਰੇ ਵੱਲੋਂ ਇਹਦੀ ਪੂਰੀ ਰਿਪੋਰਟ ਦੀ ਕਾਪੀ ਭੇਜ ਕੇ ਮਾਨਯੋਗ SSP ਸਾਹਿਬ ਨੂੰ ਇਹਦੀ ਅਗਲੀ ਕਾਰਵਾਈ ਕਰਨ ਵਾਸਤੇ ਲਿਖ ਦਿੱਤੀ ਗਈ। ਜੈਤੋ ਤੋਂ ਆਜ਼ਾਦ TV ਨਿਊਜ਼ ਲਈ ਵਿਪਿਨ ਗੋਇਲ ਦੀ ਰਿਪੋਰਟ।